ਅਸੀਕਾਲ ਜੀ, ਮੈਂ ਤੁਹਾਡਾ ਆਪਣਾ ਪਰਮੀਸ਼ ਵਰਮਾ ਹੋ ਗਿਆ ਜੀ ਲਾਈਵ ਇੱਕ ਵਾਰੀ ਫਿਰ ਤੋਂ। ਨਿੰਜੇ ਦੇ ਗਾਣੇ ਦਾ ਸ਼ੂਟ ਚੱਲ ਰਿਹਾ ਜੀ ਡੇ ਟੂ, ਅਤੇ ਆ ਜਾ ਵੀਰੇ, ਆ ਜਾ ਆ ਜਾ ਆ ਜਾ ਆ ਜਾ ਮੇਰੀ ਜਾਨ ਭੁੱਲਰ, ਮੇਰਾ ਏਡੀ, ਮੇਰਾ ਮੈਨੇਜਰ ਸਾਡੇ ਨਾਲ ਹੈ ਜੀ, ਅਤੇ ਸਾਰਿਆਂ ਨਾਲ ਥੋੜ੍ਹੀ ਥੋੜ੍ਹੀ ਗੱਲਾਂ ਕਰਾਂਗੇ। ਇਹ ਸਾਡੇ ਡੀ ਓ ਪੀ ਸਾਹਿਬ ਨੇ, ਓਏ ਮੂੰਹ ਤਾਂ ਵਿਖਾ ਦੇ ਆਪਦਾ, ਇਹਦਾ ਇਹ ਸੋਹਣਾ ਨਹੀਂ ਹੈਗਾ ਬਿਲਕੁਲ ਵੀ, ਮੂੰਹ ਲੁਕੋ ਕੇ ਰੱਖਦਾ। ਅਤੇ ਅੱਛਾ, ਇਹ ਹੈਗਾ ਜੀ ਆਪਣਾ ਰੋਬੋ, ਤੇ ਨਾਲ ਸਾਡੇ ਰਾਜਨ ਕਿੱਥੇ ਮੇਕਅਪ ਆਰਟਿਸਟ, ਬਹੁਤ ਵਧੀਆ ਮੇਕਅਪ ਆਰਟਿਸਟ ਹੈ ਜੀ, ਕੁੰਵਰ ਵੀਰਾ ਸਤਿ ਸ਼੍ਰੀ ਅਕਾਲ, ਗੁਰਵਿੰਦਰ ਵੀਰਾ ਸਤਿ ਸ਼੍ਰੀ ਅਕਾਲ। ਤੇ ਜੀ ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ, 7 ਮਿਲੀਅਨ ਯੂਟਿਊਬ ਵਿਊਜ਼ ਹੋ ਗਏ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਗਾਣੇ ਨੂੰ ਇੰਨਾ ਵਧੀਆ ਸਕਸੈਸਫੁਲ ਕਰਨ ਲਈ, ਹਾਲੇ ਵੀ ਵਿਊਜ਼ ਚੱਲ ਰਹੇ ਨੇ। ਉਹਦੇ ਨਾਲ ਦੀ ਨਾਲ ਸਾਡਾ ਗਾਣਾ ਸੀਗਾ ਉਹ ਮੇਰੇ ਪਿੱਛੇ ਕੁੜੀਆਂ ਨਾਲ ਲੜ ਪੈਂਦੀ ਹੈ, ਕਾਲਾ ਰੰਗ ਨੀ ਨਿੰਦਣ ਦਿੰਦੀ ਮੇਰਾ, ਕੱਢੂ ਗਾਣਾ ਮੈਂ ਜ਼ਰੂਰ ਦੇਸੀ ਕਰੂ, ਸੁਣ ਲਓ ਤੁਸੀਂ ਸਤਪਾਲ ਵੀਰੇ, ਗੋਲਡੀ ਵੀਰੇ ਗੋਲਡੀ ਨਹੀਂ ਕੱਢਣ ਦਾ। ਲਓ ਜੀ ਦੱਸੀ ਨਾ, ਸੋਰੀ ਮੇਰੇ ਪਿੱਛੇ ਦੇ ਹੋ ਗਏ 5 ਮਿਲੀਅਨ ਯੂਟਿਊਬ ਵਿਊਜ਼, ਥੈਂਕ ਯੂ ਸੋ ਮੱਚ। ਮੈਂ ਤੇ ਮੇਰੀ ਟੀਮ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਹਾਨੂੰ ਕੁਆਲਿਟੀ ਵੀਡੀਓਜ਼ ਦਈਏ ਜੀ, ਤੇ ਮੈਸਿਵ ਕੁਆਂਟਿਟੀ 'ਚ ਦਈਏ, ਦਿਨ ਰਾਤ ਅਸੀਂ ਮਿਹਨਤ ਕਰਦੇ ਹਾਂ ਤੇ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਆਉਣ, ਤੇ ਤੁਸੀਂ ਸਾਰਿਆਂ ਨੂੰ ਐਵੇਂ ਹੀ ਪਿਆਰ ਦਿੰਦੇ ਰਹੋ। ਤੇ ਨਾਲ ਸਾਰੇ ਵੀਰੇ ਸਤਿ ਸ਼੍ਰੀ ਅਕਾਲ, ਕਹਿ ਦਿਓ ਬਾਈ ਲਾਈਵ ਹੋ। ਸਤਿ ਸ਼੍ਰੀ ਅਕਾਲ ਭਾਅ ਜੀ, ਓ ਭਾਜੀ ਥੋੜ੍ਹੀ ਭਾਜੀ ਹੋ ਸਾਰੇ ਜਾਣਿਆਂ ਨੂੰ, ਸੋਰੀ ਫਰੇਮ ਨਹੀਂ ਦਿਖਣ ਦਿੰਦਾ, ਨਹੀਂ ਦਿਖਣ ਦਿੰਦਾ। ਤੇ ਓਏ ਪੁੱਲਰ ਛੇਤੀ ਆ ਜਾ, ਤੇ ਜੀ ਉਰੇ ਆ ਵੈਨ, ਓ ਪੁੱਲਰ ਸੋਰੀ ਸੋਰੀ ਸੋਰੀ, ਹਨੇਰਾ ਹੋ ਗਿਆ ਹਨੇਰਾ ਹੋ ਗਿਆ। ਬਰਾੜ ਨਾਲ ਸਾਡੇ ਭਰਾ ਸਾਡਾ ਬਰਾੜ ਵੀ ਹੈ, ਰਿਕ ਵੀਰਾ ਫਰੀ ਜਾਨ, ਰਿਕ ਵੀਰਾ, ਰਿਕ ਵੀਰੇ ਲਾਈਟ 'ਚ ਆ ਜਾਓ, ਮੂੰਹ ਆ ਜਾਊਗਾ। ਓ ਬਰਾੜ ਓ ਬਾਹਰ ਆ ਜਾ, ਲਾਈਵ ਹੋ ਗਏ। ਤੇ ਰਿਕ ਵੀਰਾ ਮੇਰੇ ਨਾਲ, ਰਿਕ ਵੀਰਾ ਹੁਣ ਆ ਸਾਡਾ ਰਿਕ ਵੀਰਾ ਲਾਈਵ, ਤੇ ਸ਼ਿਬੂ ਵੀਰਾ ਲਾਈਵ 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 ਆ ਜਾਓ। ਸ਼ਿਬੂ ਵੀਰੇ ਮੂੰਹ ਦਿਖਾ ਦਿਓ, ਆਹ ਬਰਾੜ ਅੰਦਰ ਬੈਠਾ, ਬਰਾੜ ਨਹੀਂ ਬਾਹਰ ਨਿਕਲਿਆ। ਸਤਿ ਸ਼੍ਰੀ ਅਕਾਲ ਵੀਰੇ, ਲਾਈਵ ਹੋ ਗਏ, ਲਾਈਵ 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 ਮੇਰੇ ਪੇਜ ਤੋਂ ਸਾਰਿਆਂ ਨੇ ਲਾਈਵ ਆ ਅੰਦਰ, ਹਾਲਾਤ ਵੈਨਿਟੀ ਦੇ ਸਹੀ ਹੋਣ। ਤੇ ਸਾਡੇ ਕੋਲ ਦਾਸ ਮੀਡੀਆ ਵਰਕਸ ਬਿਹਾਇੰਡ ਦਾ ਸੀਨਸ ਸਾਡੇ ਮਹਿਮਾਨ ਆਏ ਨੇ, ਤੇ ਸਾਡੇ ਬਹੁਤ ਹੀ ਪਿਆਰੇ, ਉਹ ਲੈਟ ਆਨ ਕਰੋ, ਇਹ ਰੰਗ ਕਾਲੇ ਆਉਂਦੇ ਨੇ, ਬਹੁਤ ਪਿਆਰਾ ਸਾਡਾ ਵੀਰਾ ਹਾਰਡੀ, ਵੀਰਾ ਹਾਰਡੀ ਲੁਧਿਆਣੇ ਤੋਂ, ਏਪੈਕ ਸਿਕਿਉਰਿਟੀ ਸਾਡਾ ਵੱਡਾ ਭਰਾ, ਸਾਡੀ ਜਿੰਦ ਜਾਨ, ਤੇ ਸਾਡੀ ਦੂਜੀ ਜਿੰਦ ਜਾਨ ਨਿੰਜਾ, ਜੋ ਕਿ ਹਮੇਸ਼ਾ ਵੈਨਿਟੀ ਜਾ ਹਿੱਸਾ ਹੋ ਜਾਂਦਾ, ਪਰ ਬਹੁਤ ਮਿਹਨਤ ਕੀਤੀ ਹੈ, 2 ਦਿਨ ਹੋ ਗਏ ਜੀ, ਅਸੀਂ ਕੰਮ ਬਹੁਤ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ ਕਾਫੀ, ਤੇ ਸੁੱਤੇ ਨਹੀਂ ਹੈਗੇ। ਤੇ ਉਹ ਖੜ ਜਾ ਖੜ ਜਾ, ਕਮੈਂਟ ਆ ਗਿਆ ਸੀ, ਕਮੈਂਟ ਪੜਿਆ ਸੀ ਮੈਂ, ਇੱਕ ਖੜ ਜਾ, ਕਮੈਂਟ ਕਰਿਆ ਗਿਆ ਮੈਨੂੰ ਲੱਗਦਾ, ਮੈਨੂੰ ਲਾਈਵ 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 ਲਾਈਵ, ਚਲੋ ਐਨੀਵੇਸ ਲਾਈਵ ਕੀ ਕਹਿੰਦੇ, ਕਮੈਂਟ ਅੱਗੇ ਨਿਕਲੇ ਆ। ਬਰਾੜ ਸਾਹਿਬ, ਬਰਾੜ ਸਤਿ ਸ਼੍ਰੀ ਅਕਾਲ ਕਹਿ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਤੇ ਨਿੰਜੇ ਵੀਰੇ ਦੇ ਨਾਲ ਆ ਜੀ ਸੈੱਟ ਤੇ, 2 ਦਿਨ ਹੋ ਗਏ, ਥੱਕਿਆ ਪਿਆ ਨਿੰਜਾ ਵੀ, ਡੇ ਨਾਈਟ ਸ਼ੂਟ ਕਰ ਰਿਹਾ। ਸਾਡੇ ਭਾਜੀ ਕਿੱਥੇ ਨੇ, ਮੈਨੂੰ ਬਹੁਤ ਬੰਦੇ ਕਹਿੰਦੇ ਬਾਈ ਤੇਰੀ ਦਾੜੀ ਬਹੁਤ ਆਦਤ ਹੈ, ਦਾੜੀ ਮੇਰੀ ਵਧੀਆ ਲੱਗਦੀ, ਸਾਰਿਆਂ ਨੂੰ ਬੀਅਰਡ ਵਧੀਆ ਲੱਗਦੀ ਹੈ, ਹੇਅਰ ਸਟਾਈਲਿੰਗ ਵਧੀਆ ਲੱਗਦੀ ਹੈ। ਅਲੀ ਹੋ ਫਿਰ ਖੜਾ, ਆਹ ਸਾਡਾ ਭਰਾ ਅਲੀ ਜੀ, ਜੋ ਮੇਰੀ ਸਟਾਈਲਿੰਗ ਕਰਦਾ ਤੇ ਮੇਰੀ ਦਾੜੀ ਦੁੜੀ ਕੱਢ ਦਿੰਦਾ, ਹਨਾ। ਤੇ ਤੁਸੀਂ ਸਾਰੇ ਜਾਣੇ ਹੋ ਮੇਰੇ ਭਰਾ, ਮੇਰੇ ਮੇਰੇ ਸਰੋਤੇ, ਮੇਰੇ ਫੈਨਸ, ਮੇਰੇ ਸਪੋਰਟਰਸ, ਜੋ ਸਾਨੂੰ ਇੰਨਾ ਪਿਆਰ ਕਰਦੇ ਹੋ ਤੇ ਸਾਨੂੰ ਇੰਨਾ ਹਿੱਟ ਕਰਦੇ ਹੋ ਲੋਕਾਂ ਦੀ ਭਾਸ਼ਾ 'ਚ, ਸਾਨੂੰ ਤਾਂ ਲੱਗਦਾ ਕਿ ਜੀ ਸਾਡਾ ਵਧੀਆ ਕੰਮ ਚੱਲੀ ਜਾਂਦਾ। ਤੇ ਨਿੰਜੇ ਵੀਰੇ ਕੁਛ ਕਹਿਣਾ ਚਾਹੁੰਦੇ ਸਾਰੇ ਜਾਣਿਆਂ ਨੂੰ? ਜਲਦੀ ਗਾਣਾ ਆ ਰਿਹਾ, ਉੱਠ ਕੇ ਇੱਧਰ ਆਇਓ, ਤੁਹਾਡੀ ਆਵਾਜ਼ ਨਹੀਂ ਪਹੁੰਚਣੀ ਮੇਰੇ ਨਾ ਫੋਨ ਦੀ। ਜਲਦੀ ਗਾਣਾ ਆ ਰਿਹਾ, ਨਿਸਾਨ ਪਰਮੇਸ਼ਵਰ ਨੇ ਸ਼ੂਟ ਕੀਤਾ, ਗੋਲਬਾ ਨੇ ਮਿਊਜ਼ਿਕ ਕੀਤਾ, ਔਰ ਕੰਪਨੀ ਸਪੀਡ ਰੈਕਡ, ਸਪੀਡ ਰੈਕਡ ਤੋਂ ਗਾਣਾ ਲੈ ਕੇ ਆ ਰਹੇ ਜੀ, ਸਪੀਡ ਰੈਕਡ ਤੋਂ ਗਾਣਾ ਆ ਰਿਹਾ ਜੀ। ਹਾਂਜੀ, ਤੇ ਆਪਾਂ ਜਲਦੀ ਮਿਲਦੇ ਹਾਂ 13 ਤਰੀਕ ਨੂੰ, 13 ਜੁਲਾਈ ਨੂੰ। 2 ਲਾਈਨਾਂ, ਕੱਲ ਅਸੀਂ ਇੰਨੇ ਸਿੰਕ ਲੈਨੇ, ਗਲਾ ਥੋੜਾ ਖੜਾ ਖਰਾਬ, ਕਾਗਜ਼ ਬਣਾਉਂਦੇ ਜੋ ਦਨਾਲ ਦੇ, ਫੋਟੀ ਫੋਕੀ ਫੋਟੀ, ਤੇ ਆ ਲਾਈਵ ਆ ਹੁਣੇ ਵੀਡੀਓ ਆਣੀ ਆ, ਫੋਟੀ ਕਹਿੰਦਾ ਨਿੰਜੇ ਨੇ, ਉਹ ਫੋਕੀ ਠਾਠਾ ਭੁੱਲ ਗਿਆ ਮੈਂ ਵੀ ਗਾਣਾ, ਕਾਗਜ਼ ਬਣਾਉਂਦੇ ਜੋ ਦਨਾਲ ਦੇ, ਫੋਕੀ ਠਾਠਾ ਸ਼ਿਕਾਰ ਨਹੀਂ ਉਹ ਮਾਰਦੇ, ਜਿਹਨੇ ਚੱਕਣਾ ਕਿਸੇ ਨੂੰ ਉਹ ਵਾਰੰਟ ਨਹੀਂ ਉਹ ਲੈਂਦੇ, ਜਿਹਨੇ ਦੇੜਨੀਆਂ ਸੁਖਜਾਪ ਕੌਰ ਸਤਿ ਸ਼੍ਰੀ ਅਕਾਲ ਜੀ, ਰੀਆ ਗਰਗ ਜੀ, ਨੀਰਜ ਕੁਮਾਰ ਵੀਰਾ, ਹਰਕੀਰ ਸਿੰਘ ਢਿੱਲੋਂ ਵੀਰਾ ਜਿਉਂਦਾ ਰਹਿ, ਤੇ ਰਾਏ ਸਾਹਿਬ, ਅਭਿਸ਼ੇਕ ਵੀਰਾ, ਨਿੰਜਾ। ਚਲੋ ਜੀ ਹੁਣ ਮੈਂ ਜਾ ਕੇ ਕੰਮ ਕਰਾਂ, ਕਿਉਂਕਿ ਅਸੀਂ ਹੋ ਗਏ ਲੇਟ ਆ, ਤੇ ਦਾਸ ਵੀਰਾ ਮੇਰਾ ਫੋਨ ਤੇ ਆਨਲਾਈਨ, ਕੀ ਹਾਲ ਹੈ ਸਾਰਿਆਂ
10 ਗੱਲਾਂ ਬਾਤਾਂ ਕਰਨੀ ਕੀ ਹੈ ਆਪਣੇ ਤੇ ਬਹੁਤ ਲਾਈਵ ਹੋਇਆ ਸੀ ਅੱਜ ਕਿਸੇ ਸੈਲੀਬ੍ਰਿਟੀ ਦੇ ਪੇਜ ਤੋਂ ਲਾਈਵ ਹੋਇਆ ਓਹ ਮੈਂ ਵਾਹ ਕੀ ਬਾਤ ਹੈ 10 ਮੇਰੇ ਵੀਰ ਨੇ ਸੈਲੀਬ੍ਰਿਟੀ ਕਹਿਤਾ ਭਰਾ ਜੀ ਸਾਡਾ 10 ਜਿਹਦੇ ਕਮੈਂਟ ਦਾ ਲਾਡ ਕਰਦੇ ਹੁਣ ਉਹ ਸੈਲੀਬ੍ਰਿਟੀ ਹੁੰਦਾ ਅੱਛਾ ਸਾਡੇ ਵਰਗਾ ਦੇ 2-4 ਕਰਦੇ ਉਹ 2-4 10 ਮੀਡੀਆ ਵਰਕਸ ਸਾਡਾ ਬਿਹਾਈਂਡ ਦਾ ਸੀਨਸ ਤੇ ਬਿਹਾਈਂਡ ਦਾ ਸੀਨਸ 10 ਮੀਡੀਆ ਵਰਕ ਵੀਰਾ ਸਾਰੇ ਗਾਣੇ ਸਾਡੇ ਬਿਹਾਈਂਡ ਦਾ ਸੀਨ ਵੀਰਾ ਕਰਦਾ ਬੜਾ ਕਮਾਲ ਦਾ ਬੰਦਾ ਤੇ ਉਮੇਸ਼ ਭਾਜੀ ਕਿੱਥੇ ਨੇ ਉਮੇਸ਼ ਭਾਜੀ ਬਾਹਰ ਨੇ ਉਮੇਸ਼ ਭਾਜੀ ਹਮੇਸ਼ਾ ਨੂੰ ਫੋਨ ਤੇ ਹੋਣਗੇ ਉਹ ਭਾਜੀ ਨੇ ਆਪਦੇ ਲਈ ਦੂਜਾ ਕਮਰਾ ਰੱਖਿਆ ਇੱਕ ਮਿੰਟ ਵੀਰੇ ਉਮੇਸ਼ ਭਾਜੀ ਕਿੱਥੇ ਨੇ ਕਹਿੰਦੇ ਅੰਦਰ ਭਾਜੀ ਲਾਈਵ ਹੋ ਨਹੀਂ ਪੇਜ ਤੋਂ ਲਾਈਵ 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 ਆ ਗਿਆ ਉਹ ਸਾਡੇ ਇੱਥੇ ਉਮੇਸ਼ ਭਾਜੀ ਰਿਲੈਕਸ ਕਰ ਰਹੇ ਨੇ ਵੈਂਟੀ ਦੇ ਦੂਜੇ ਕਮਰੇ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਦਿਓ ਇੱਕ ਮਿੰਟ ਉੱਠਦੇ ਨੇ ਉੱਠ ਜਾਓ ਜੀ ਲਾਈਵ ਤੇ ਉਮੇਸ਼ ਭਾਜੀ ਸਤਿ ਸ਼੍ਰੀ ਅਕਾਲ ਜੀ ਤੇ ਵੈਸੇ ਤਾਂ ਮੇਰਾ ਹੋ ਗਿਆ ਲਾਈਵ ਸੈਸ਼ਨ 6 ਮਿੰਟ ਦਾ ਮੈਂ ਸੋਚਿਆ ਤੁਹਾਨੂੰ ਵਿੱਚ ਇੱਧਰ ਆ ਜਾਓ ਭਾਜੀ ਰੰਗ ਆਪਣੇ ਦੋਨਾਂ ਦੇ ਪੱਕੇ ਨੇ ਕਾਲਾ ਰੰਗ ਨਹੀਂ ਨਿੰਦਣ ਦਿੰਦੀ ਮੇਰਾ ਨਵਾਂ ਗਾਣਾ ਜੀ ਡਿਟੇਲ ਦੇ ਦਿਓ ਭਾਜੀ ਸਾਰਿਆਂ ਨੂੰ ਤੇ ਕਦੋਂ ਗਾਣਾ ਆ ਰਿਹਾ ਲਾਈਸੈਂਸ ਨਵਾਂ ਟਰੈਕ ਹੈ ਨਿੰਜਾ ਦਾ ਟਰੈਕ ਹੈ ਜਿਵੇਂ ਸਭ ਨੂੰ ਪਤਾ ਹੀ ਹੈ ਤੇ ਪਰਮੇਸ਼ਰ ਮੈਂ ਡਾਇਰੈਕਟ ਕਰ ਰਿਹਾ ਗੁੱਡ ਬੋਏ ਦਾ ਮਿਊਜ਼ਿਕ ਹੈ ਪਹਿਲੀ ਵਾਰ ਆਪਾਂ ਸਪੀਡ ਰੈਕਰਡ ਤੋਂ ਆ ਰਹੇ ਹਾਂ ਤੇ ਇਸ ਤੋਂ ਬਾਅਦ ਆਪਣਾ ਨੈਕਸਟ ਟਰੈਕ ਅਮਰ ਆਡੀਓ ਤੋਂ ਆ ਰਿਹਾ ਇੱਕ ਯੈਲੋ ਤੋਂ ਆ ਰਿਹਾ ਕਾਫੀ ਕੰਪਨੀਆਂ ਤੋਂ ਟਰੈਕ ਆ ਰਹੇ ਹਾਂ ਹਾਂਜੀ ਤੇ ਉਮੀਦ ਹੈ ਕਿ ਜਿਵੇਂ ਪਹਿਲੇ ਸਾਰੇ ਟਰੈਕ ਆਪਣੇ ਵਧੀਆ ਗਏ ਆ ਤਾਂ ਤੁਸੀਂ ਜੋ ਵੀ ਬਣਾਇਆ ਤੁਹਾਡੇ ਕਰਕੇ ਹੀ ਯਾਨੀ ਕਿ ਇਸ ਵਾਰ ਵੀ ਇਸ ਟਰੈਕ ਨੂੰ ਤੁਸੀਂ ਪਿਆਰ ਦਿਓ ਸਪੋਰਟ ਕਰੋਗੇ ਤੁਹਾਡੇ ਕਰਕੇ ਅਸੀਂ ਆ ਜੀ ਤੁਸੀਂ ਸਾਡੇ ਹੁਣ ਤੱਕ ਸਾਰੇ ਟਰੈਕਸ ਨੂੰ ਕੀ ਕਹਿੰਦੇ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਐਕਸੈਪਟ ਕੀਤਾ ਸਾਨੂੰ ਹਿੱਟ ਕੀਤਾ ਐਵੇਂ ਪਿਆਰ ਕਰਦੇ ਐਵੇਂ ਪਿਆਰ ਕਰਦੇ ਰਹੋ ਜੇ ਤੁਸੀਂ ਮੋਟੀਵੇਟ ਕਰੋਗੇ ਤਾਂ ਆਪਾਂ ਹੋਰ ਵਧੀਆ ਕੰਮ ਕਰਾਂਗੇ ਥੈਂਕ ਯੂ ਓਕੇ ਜੀ ਵੀਰੇ ਤੁਹਾਡਾ ਰੰਗ ਪੱਕਾ ਹੈ ਨਹੀਂ ਯਾਰ ਉਹ ਹੈਗਾ ਪੱਕਾ ਭਰਾ ਲੈਟ ਥੱਲੇ ਖੜਾ ਆ ਦੇਖ ਆਇਓ ਜਾਂ ਮੂੰਹ ਮੇਰਾ ਲਾਈਫ ਬੋਏ ਦੇ ਸਾਬਣ ਨਾਲ ਮੂੰਹ ਧੋਤੇ ਸਾਰੀ ਜ਼ਿੰਦਗੀ ਤੇ ਰਿਕ ਵੀਰਾ ਰਿਕ ਵੀਰਾ ਬਾਏ ਆ ਸਾਡਾ ਰਿਕਪ੍ਰੀਤ ਵੀਰਾ ਸਾਡਾ ਸਿਕਿਉਰਿਟੀ ਹੁੰਦਾ ਵੀਰਾ ਬਹੁਤ ਪਿਆਰ ਕਰਦਾ ਰਿਕ ਵੀਰਾ ਸਾਨੂੰ ਚੰਗਾ ਜੀ ਸਾਰੇ ਜਾਣੇ ਤੁਹਾਡੇ ਕਰਕੇ ਅਸੀਂ ਜੀ ਐਵੇਂ ਪਿਆਰ ਦਿੰਦੇ ਰਹੋ ਐਵੇਂ ਸਪੀਡ ਵੀ ਸਪੋਰਟ ਕਰਦੇ ਰਹੋ ਸਪੀਡ ਕਰਦੇ ਰਹੋ ਮੈਂ ਸਪੀਡ ਰੈਕਟ ਤੋਂ ਗਾਣਾ ਆ ਰਿਹਾ ਜੀ ਦੱਸੀ ਚਾਲ ਔਨਲਾਈਨ ਹੋ ਗਿਆ ਲਵ ਯੂ ਦੱਸੀ ਯਾਦੀ ਵੀਰਾ ਆਸਟ੍ਰੇਲੀਆ ਵਾਲਾ ਔਨਲਾਈਨ ਹੋ ਗਿਆ ਮੇਰਾ ਭਰਾ ਮੋਪੀ ਗਗਨ ਅਤੇ ਕੋਈ ਰਹਿ ਤਾਂ ਨਹੀਂ ਗਿਆ ਯਾਰ ਜੇ ਕੋਈ ਰਹਿ ਗਿਆ ਨਾ ਉਹਦੇ ਲਈ ਸੋਰੀ ਅਤੇ ਵੀਰੇ ਫਿਲਮ ਕਰੋ ਵੀਰਮ ਫੀਲ ਫਿਲਮ ਬਹੁਤ ਛੇਤੀ ਕਰਾਂਗੇ ਫਿਲਮ ਵੀ ਤੁਹਾਡੇ ਸਾਰਿਆਂ ਲਈ ਬਹੁਤ ਛੇਤੀ ਲੈ ਕੇ ਆਵਾਂਗੇ ਚੰਗਾ ਜੀ ਓਕੇ ਜੀ ਲਵ ਯੂ ਬਾਏ।